ਹਾਂ ਡਾਈਪਰ ਲੈ ਕੇ ਆਉਂਦੇ ਆ ਅਸੀਂ ਸਤਨਾਮ ਦੇ ਅੱਜ ਹੋਲਸੇਲ ਚੋਂ ਆਹ ਦੇਖੋ ਮਿੱਤਰੋ ਧੁੰਦ ਕਿੰਨੀ ਹੋ ਗਈ 9 ਵੱਜ ਰਹੇ ਨੇ ਸਵੇਰ ਦੇ ਦੇਖੋ ਕਿਵੇਂ ਧੁੰਦ ਆ ਰਹੀ ਆ ਦੇਖੋ ਬਾਹਰ ਧੂੰਏ ਵਾਂਗੂ ਹੋਇਆ ਪਿਆ ਠੰਡ ਬਹੁਤ ਜ਼ਿਆਦਾ ਵਧਣ ਲੱਗ ਗਈ ਹੁਣ ਰੱਬ ਮੌਸਮ ਦੇ ਹਿਸਾਬ ਨਾਲ ਚੇਂਜ ਹੋਣ ਲੱਗ ਗਿਆ ਮੌਸਮ ਆਪਣੇ ਦੇਸ਼ ਦਾ ਵੀ ਸਾਰੇ ਧਿਆਨ ਰੱਖੋ ਆਪਣਾ ਹਾਂਜੀ ਕੀ ਹਾਲ ਚਾਲ ਜੀ ਧੁੱਪ ਵਧੀਆ ਕੱਟਦੀ ਰੱਬ ਨੇ ਅੱਜ ਸਵੇਰੇ ਤਾਂ ਐਂ ਲੱਗਦਾ ਸੀਗਾ ਵੀ ਮੌਸਮ ਖੁੱਲ੍ਹਣਾ ਹੀ ਨਹੀਂ ਹੈਗਾ ਪਰ 11 ਵਜੇ ਧੁੱਪ ਵਧੀਆ ਕੱਟਤੀ ਅਤੇ ਥੋੜ੍ਹਾ ਜਿਹਾ ਕੰਮ ਆਈ ਸੀ ਆਪਾਂ ਸਕੂਲ ਅਤੇ ਇਹ ਵੀ ਕੰਮ ਕਰਨੇ ਪੈਂਦੇ ਆ ਅਤੇ ਸ਼ਹੀਦੀ ਦਿਨ ਚੱਲਦੇ ਨੇ ਅੱਜ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਸੀਗਾ ਅਤੇ ਪ੍ਰਣਾਮ ਕਰਦੇ ਹਾਂ ਅਸੀਂ ਉਹਨਾਂ ਨੂੰ ਨਿੱਕੀਆਂ ਜਿੰਦਾਂ ਨੂੰ ਅਤੇ ਤੁਸੀਂ ਵੀ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਲਿਆ ਕਰੋ ਜ਼ਰੂਰ ਹੀ ਅਤੇ ਦੇਖੋ ਸਾਡੇ ਜੁੜੇ ਰਹੋ ਸਾਡੇ ਚੈਨਲ ਨਾਲ ਫਿਰ ਦੇਖੋ ਕਿੰਨਾ ਸੋਹਣਾ ਮੇਰਾ ਪੰਜਾਬ ਜੀ ਸਰਦੀਆਂ ਦੇ ਮੌਸਮ ਦੇ ਵਿੱਚ ਦੇਖੋ ਸਰੋਂ ਲੱਗੀ ਹੋਈ ਆ ਅਤੇ ਪੰਜਾਬ ਪੰਜਾਬ ਹੀ ਆ ਜੁੜੇ ਰਹੋ ਸਾਡੇ ਨਾਲ ਦਿਖਾਵਾਂਗੇ ਰੰਗ ਪੰਜਾਬ ਦੇ ਫਿਰ ਇੰਡੀਆ ਦੇ ਫਿਰ ਵਰਲਡ ਦੇ ਬਹੁਤ ਕੁਝ ਆ ਅਤੇ ਸਪੋਰਟ ਕਰੋ ਕਰਦੇ ਰਹੋ ਸਾਡੇ ਨਾਲ ਸਾਡੀ ਆਹ ਮੌਸਮ ਦੇ ਵਿੱਚ ਇੰਨੀ ਕਿ ਧੁੱਪ ਵਧੀਆ ਧੁੱਪ ਨਿਕਲੀ ਹੋਵੇ ਅਤੇ ਠੰਡੀ ਠੰਡੀ ਹਵਾ ਲੱਗਦੀ ਹੋਵੇ ਬਹੁਤ ਵਧੀਆ ਲੱਗਦਾ ਵਾ ਅਤੇ ਆਲੇ ਦੁਆਲੇ ਗ੍ਰੀਨਰੀ ਗ੍ਰੀਨਰੀ ਹੋਵੇ ਪੰਜਾਬ ਹੋਵੇ ਮੇਰਾ ਦੇਸ਼ ਮੇਰਾ ਪੰਜਾਬ ਸਾਹਮਣੇ ਲੱਗਿਆ ਹੋਇਆ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਲਈ ਲੰਗਰ ਅਮਰੂਦ ਲੈਣੇ ਆਪਾਂ ਜੀ ਲਓ ਜੀ ਲੈ ਲਏ ਅਮਰੂਦ ਅਤੇ ਖਾਵਾਂਗੇ ਹੁਣ ਅਮਰੂਦ ਰਹੋ ਨਿਰੋਗ ਲਓ ਜੀ ਆਪਣਾ ਇੱਕ ਪਾਰਸਲ ਆਇਆ ਪਿਆ ਸੀ ਕਾਫੀ ਦਿਨਾਂ ਤੋਂ ਆਪਾਂ ਖੋਲ੍ਹਿਆ ਨਹੀਂ ਹੈਗਾ ਇਹ ਵੀ ਮੀਸ਼ੋ ਤੋਂ ਸਵੈਟਸ਼ਰਟ ਮੰਗਵਾਈ ਸੀਗੀ ਇਹਦੀ ਵੀ ਅਨਬੋਕਸਿੰਗ ਕਰਦੇ ਹਾਂ ਆਪਾਂ ਯੈਲੋ ਕਲਰ ਦੀ ਆ ਜਾਂ ਸਵੈਟਸ਼ਰਟ ਆ ਜਾਂ ਟੀ ਸ਼ਰਟ ਨਿਕਲਦੀ ਆ Location, Oaxaca, Mexico, class, light, magnitude, 4.0, 25 minutes ago. ਆਹ ਚੀਜ਼ ਆਹ ਸਵੈਟਸ਼ਰਟ ਆਈ ਆਈ ਕਲਰ ਸੋਹਣਾ ਡਿਜ਼ਾਇਨ ਵੀ ਸੋਹਣਾ ਤੁਹਾਨੂੰ ਦਿਖਾਵਾਂਗੇ ਫਿਰ ਪਾ ਕੇ ਹਾਂਜੀ ਦੱਸਿਓ ਫਿਰ ਕਿੱਦਾਂ ਲੱਗੀ ਸੈਡ 'ਤੇ ਵੀ ਹੈ ਜੀ ਇਹਦੇ ਅਤੇ ਸੈਡ 'ਤੇ ਏ ਕੇ ਆ ਰੋਕੋਮ RBC ਜੇਬਾਂ ਇੱਕ ਆਪਾਂ ਹੁੱਡੀ ਮੰਗਵਾਈ ਸੀਗੀ ਇਹ ਵੀ ਵਧੀਆ ਚੀਜ਼ ਨਿਕਲੀ ਆ ਹਾਰਟ ਬਣਿਆ ਹੋਇਆ ਇੱਥੇ ਸਟ੍ਰਿਪ ਔਰੇਂਜ ਕਲਰ ਦੇ ਸਟ੍ਰਿਪਸ ਨੇ ਹੁੱਡੀ ਆ ਪੂਰੀ ਬਲੂ ਕਲਰ ਦਾ ਇਹ ਵੀ ਦੱਸਿਓ ਕਿੱਦਾਂ ਲੱਗਿਆ ਰੇਟ ਬਹੁਤ ਹੀ ਜਾਇਜ਼ ਨੇ ਬਾਜ਼ਾਰ ਨਾਲੋਂ ਤੁਸੀਂ ਵੀ ਮੰਗਵਾ ਸਕਦੇ ਹੋ ਆਪਣੇ ਲਈ ਪਰ ਐਵੇਂ ਆ ਕੋਈ ਪ੍ਰੋਡਕਟ ਕਈ ਵਾਰ ਟੀ ਸ਼ ਦੂਜੇ ਹੀ ਭੇਜ ਗਰਮੀਆਂ ਦਾ ਹੀ ਸਮਾਨ ਭੇਜ ਦਿੰਦੇ ਆ ਉਹ ਪਰ ਰਿਟਰਨ ਹੋ ਜਾਂਦਾ ਨਾਲ ਦੀ ਨਾਲ ਹੀ ਅਤੇ ਦੇਖ ਕੇ ਮੰਗਵਾ ਸਕਦੇ ਹੋ ਆਪਣਾ ਹਟ ਗਿਆ ਲੇਕਿਨ ਕੈਮਰਾ ਦੇਖ ਕੇ ਹਟ ਗਿਆ ਚਲ ਗਿਆ
ഓടുന്ന ആവാജ് ഓടുന്നു ਮੀਂਹ ਪੈਂਦਾ ਹੋਇਆ ਜੀ, ਮੌਸਮ ਚੇਂਜ ਹੋ ਗਿਆ। 29 ਦਸੰਬਰ ਕੱਲ੍ਹ ਧੁੰਦ ਸੀ ਆਈ, ਠੰਡ ਹੋਰ ਹੋ ਗਈ, ਮੀਂਹ ਪੈ ਗਿਆ। ਮੌਸਮ ਮੀਂਹ ਪਿਆ ਪੂਰਾ। ਹਾਂ ਦੇਖੋ ਬਾਹਰ ਮੀਂਹ ਕਿੰਨਾ ਪੈ ਰਿਹਾ ਜੀ, ਠੰਡ ਹੋ ਗਈ ਅੱਜ ਹੋਰ ਜ਼ਿਆਦਾ ਮੀਂਹ ਤੋਂ ਬਾਅਦ, ਅਤੇ ਸੁੱਕੀ ਠੰਡ ਹਟ ਜਾਊਗੀ। ਦੇਖੋ ਬਾਹਰ ਗਿੱਲਾ ਗਿੱਲਾ ਹੋਇਆ, ਮੀਂਹ ਪੈਂਦਾ ਵਾ, ਕਣੀਆਂ ਪੈਂਦੀਆਂ ਨੇ। ਹਾਂਜੀ, ਅੱਜ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ, ਉਹਨਾਂ ਦਾ ਜਨਮ ਦਿਵਸ ਹੈ ਅੱਜ ਜੀ 29 ਦਸੰਬਰ, ਅਤੇ ਉਹਨਾਂ ਦੇ ਗੁਰਪੁਰਬ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਮੁਬਾਰਕਾਂ, ਅਤੇ ਸਾਡੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਕਰ ਦਿਓ, ਅਤੇ ਮਿਲਦੇ ਹਾਂ ਅਗਲੇ ਬਲੌਗ ਵਿੱਚ। ਤੱਕ ਜੁੜੇ ਰਹੋ ਸਾਡੇ ਨਾਲ।